ਹਾਂਜੀ ਤੇ ਮੌਸਮ ਦੇਖੋ ਵਧੀਆ ਹੋਇਆ ਪਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਕਸਰ ਸਾਰਿਆਂ ਨੂੰ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ 18 ਤੇ। ਟਾਈਮ ਹੋ ਗਿਆ 7 ਵਜ ਗਏ ਤੇ ਡੇਲੀ ਲੇਟ ਉੱਠਦੇ ਸੀਗੇ ਆਪਾਂ ਤੇ ਮੈਂ ਸੋਚਿਆ ਵੀ ਅੱਜ ਆਪਾਂ ਸੰਧਿਆ ਉੱਠੀਏ। ਸੰਧਿਆ ਉੱਠ ਕੇ ਦੇਖੋ ਸਕੂਲਾਂ ਵਾਲੀਆਂ ਵੈਨਾਂ ਜਿਹੜੀਆਂ ਜਾਈ ਜਾਂਦੀਆਂ। ਉੱਠ ਕੇ ਆਪਾਂ ਸੈਰ ਵੀ ਕਰਿਆ ਤੇ ਕੱਪੜੇ ਵਾਲੀ ਮਸ਼ੀਨ ਵੀ ਲਾ ਦਿੱਤੀ, ਤਾਜ਼ੋ ਨਾਲ ਵੀ ਖੇਡ ਲਏ, ਬਾਕੀ ਜਿਹੜੇ ਨਿੱਕੇ ਮੋਟੇ ਕੰਮ ਸੀ ਉਹ ਵੀ ਕਰ ਲਏ। ਤੇ ਮੈਂ ਤੁਹਾਨੂੰ ਦਿਖਾਉਣਾ ਸੀਗੀ ਵੀ ਕੱਲ੍ਹ ਅਸੀਂ ਮਹਿਕਮੀ ਦੇ ਕੇ ਪਿੰਡ ਗਏ ਸੀ, ਤੁਸੀਂ ਦੇਖਿਆ ਹੀ ਹੋਣਾ ਤੇ ਸਾਡੇ ਤੁਹਾਨੂੰ ਇੰਨਾ ਮੀਂਹ ਵੀ ਆਇਆ ਸੀ, ਮੰਡੀ 'ਚ ਵੀ ਦਿਖਾਇਆ ਸੀ ਨਾ ਤੁਹਾਨੂੰ ਮੈਂ, ਜਿਹੜਾ ਆਪਣਾ ਵਾਹਣ ਆ ਇਹ ਵਾਹ ਕੇ ਤੋਰੀਆਂ ਆ ਦੂਜਾ ਲਾਉਣਾ ਆਪਾਂ ਮੂਲੀਆਂ ਲਾਉਣੀਆਂ, ਤੇ ਇਹ ਸੋਚ ਰਹੇ ਹਾਂ ਵੀ ਹੁਣ ਡੈਡੀ ਸ਼ਾਇਦ ਅੱਜ ਵਾਹੁਣ। ਸਾਰਿਆਂ ਨੂੰ ਆਏ ਹਾਂ ਵੀ ਜੇ ਮੂਲੀਆਂ ਲੱਗਣਗੀਆਂ ਫੇਰ ਹੀ ਅਮਰਿੰਦਰ ਦੇ ਵਿਆਹ ਵਾਲੇ ਨੂੰ ਪੱਟੀਆਂ ਜਾਣਗੀਆਂ ਤੇ ਫੇਰ ਹੀ ਆਪਾਂ ਜਾਗੋ ਦਾ ਟੈਂਟ ਲਾਵਾਂਗੇ। ਤੇ ਬਾਕੀ ਆਏ ਹਾਂ ਵੀ ਫਸਲਾਂ ਨੂੰ ਵੀ ਰਹਿ ਪਏ ਹਾਂ ਹੁਣ ਆਪਾਂ, ਕਿਉਂਕਿ ਉਤਲੀਆਂ ਤੋਰੀਆਂ ਜਿਹੜੀਆਂ ਉਹ ਵੀ ਆਪਣੀਆਂ ਬਸ ਸਪਰੇਅ ਕੀਤੀ ਵੀ ਆ, ਉਹ ਵੀ ਆਪਾਂ ਪੱਟ ਦੇਣੀਆਂ ਤੇ ਫਿਰ ਜੇ ਇੱਧਰ ਵਾਹ ਕੇ ਦਿਲ ਕੋ ਕਹਿੰਦਾ ਅੱਧੇ ਅੱਧੇ ਤਾਂ ਮੂਲੀਆਂ ਲਾ ਹੀ ਦੇਣੀਆਂ, ਕੁਛ ਮਰਜ਼ੀ ਹੋ ਜੇ ਵੀ ਇੱਕ ਕਿਆਰੀ ਬਣਾ ਕੇ ਤਾਂ ਲਾ ਹੀ ਦੇਣੀਆਂ। ਬਾਕੀ ਦੇਖੋ ਹੁਣ ਅੱਜ ਕੀ ਹੁੰਦਾ, ਬਾਕੀ ਅੱਜ ਦਾ ਕੋਈ ਪਲਾਨ ਨਹੀਂ ਹੈਗਾ ਕਿਉਂਕਿ ਸ਼ਾਇਦ ਅੱਜ ਨਾ ਕੱਲ੍ਹ ਦੁਪੱਟਿਆਂ ਵਾਲੀ ਵੀਰੇ ਦਾ ਵੀ ਫੋਨ ਆ ਗਿਆ ਸੀ ਵੀ ਤੁਹਾਡੇ ਦੁਪੱਟੇ ਜਿਹੜੇ ਉਹ ਕਲਰ ਕਰਤੇ ਵੀ ਤੁਸੀਂ ਲੈ ਜਾਓ। ਬਾਕੀ ਦੇਖਦੇ ਜੇ ਟਾਈਮ ਲੱਗਿਆ ਤਾਂ ਆਪਾਂ ਅੱਜ ਬਠਿੰਡੇ ਵੀ ਜਾ ਕੇ ਆਉਣਾ, ਜੇ ਨਾ ਇਹਨਾਂ ਦਾ ਟਾਈਮ ਲੱਗਿਆ ਫਿਰ ਮੈਂ ਤਾਂ ਜਾ ਕੇ ਆਉਣਾ ਕਿਉਂਕਿ ਮੈਨੂੰ ਇੱਕ ਦੋ ਕੰਮ ਆ। ਅਤੇ ਇੱਧਰ ਦੇਖੋ ਵੀ ਜਿਹੜਾ ਆਪਣਾ ਲੈ ਨੱਕ ਨਾਸਾ ਕਿਉਂ ਨਾ ਆਹ ਆਪਣੀ ਖੜੀ ਆ ਰਾਣੀ ਸੁੰਦਰਾ, ਅਤੇ ਇੱਧਰ ਰਾਣੀ ਸੁੰਦਰਾ ਦੇ ਲੈ 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 ਤਾਜ ਵਤਨ ਇੰਨੀਆਂ ਲਾਲਾਂ ਸਿੱਟਦੀ ਆ, ਇੰਨੀਆਂ ਲਾਲਾਂ ਸਿੱਟਦੀ ਆ ਤਾਜ ਵਤਨ, ਇੰਨਾ ਲਾਲੂ ਬੰਦਾ। ਚਲੋ ਜੀ ਚਲਾਓ, ਸਤਿ ਸ਼੍ਰੀ ਅਕਾਲ ਬੁਲਾ ਦੇ ਹੁਣ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੋਮ ਤਾਜ ਵਤਨ ਸਾਈਡ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੰਮੀ ਨੂੰ ਕੀ ਹੋ ਗਿਆ ਅੱਜ, ਮੰਮੀ ਕਿਉਂ ਕੰਡ ਹੋਈ ਪਈ ਆ? ਕਾਹਤੋਂ ਹੈ ਆਂਟੀ, ਦੱਸੀ ਕੀ ਚੱਕਰ ਪਿਆ? 4 ਕਿਲੋਮੀਟਰ ਤੁਰਿਆ ਗਾ, ਮੇਰੀ ਗੱਲ ਸੁਣੋ, ਮੰਮੀ ਸਾਡੇ ਨਾਲ ਰਲ ਜੂਗੀ। ਮੰਮੀ ਨੂੰ ਐਂ ਹੁੰਦਾ ਵੀ ਜਿੱਥੋਂ ਤੱਕ ਇਹ ਤੁਰ ਕੇ ਜਾਂਦਾ ਉੱਥੋਂ ਤੱਕ ਹੀ ਮੈਂ ਜਾਵਾਂ, ਹੈ ਨਾ, ਕਿਉਂਕਿ ਆਏ ਹਾਂ ਵੀ ਘਰੇ ਆ ਕੇ ਇਹਨੇ ਕੰਮ ਵੀ ਸਾਡੇ ਨਾਲੋਂ ਦੁੱਗਣਾ ਕਰਨਾ ਹੁੰਦਾ, ਹਰੇਕ ਚੀਜ਼ 'ਚ ਕੰਮ ਇਹਨੇ ਹੱਥ ਵਟਾਉਣਾ ਹੁੰਦਾ, ਪਸ਼ੂਆਂ 'ਚ ਵੀ ਵਟਾਉਣਾ ਹੁੰਦਾ, ਜੇ ਕੋਈ ਵਾਹਨ 'ਚ ਕੰਮ ਕਰਾਉਣਾ ਉਹ ਵੀ ਕਰਾਉਣਾ ਹੁੰਦਾ, ਪਰ ਵਾਹਨ ਦਾ ਕੰਮ ਤਾਂ ਹੁਣ ਬੰਦ ਹੋਇਆ ਪਿਆ। ਅਤੇ ਤਾਂ ਕਰਕੇ ਅਤੇ ਮੰਮੀ ਨੂੰ ਐਂ ਹੁੰਦਾ ਵੀ ਜਿੱਥੇ ਤੱਕ ਇਹ ਤੁਰ ਗਿਆ ਜਾਂਦਾ ਉੱਥੋਂ ਤੱਕ ਹੀ ਮੈਂ ਤੁਰ ਜਾਵਾਂ, ਅਤੇ ਹੁਣ ਪੈਰਾਂ ਤੋਂ ਅੱਜ ਜਮ੍ਹਾਂ ਨਹੀਂ ਤੁਰਿਆ ਗਿਆ ਸਾਰਾ ਕੰਮ, ਅੱਜ ਜਿਹੜਾ ਸੀ ਗੋਹਾ ਤਾਂ ਬਿਲਕੁਲ ਹੀ ਸਿੱਟਦਾ ਹੁੰਦਾ, ਮੰਮੀ ਰਾਤ ਨਹੀਂ ਸੀ ਮੈਂ ਸਿੱਟਿਆ ਕਰੂੰਗੀ ਅਤੇ ਅੱਜ ਫਿਰ ਨਹੀਂ ਉੱਠਿਆ ਗਿਆ ਮੰਮੀ ਤੋਂ, ਫਿਰ ਉਹਨੇ ਸਿੱਟਿਆ। ਅਤੇ ਆਹ ਆਪਾਂ ਲਿਆਂਦਾ ਜਿਹੜਾ ਮੌਕਿਆਂ ਦਾ ਇਲਾਜ ਆ ਅੱਕ, ਠੀਕ ਹੈ, ਜੇ ਕਿਸੇ ਨੇ ਵੀ ਅੱਜ ਕਿਸੇ ਦੇ ਵੀ ਕੋਈ ਵੀ ਮੌਕ ਆ ਤਾਂ ਤੁਸੀਂ ਉੱਤੇ ਲਾ ਸਕਦੇ ਹੋ, 2-3 ਡਾਂਗੇ ਦੇ ਮੌਕਾ ਲੈ ਜਾਂਦਾ, ਅਤੇ ਮੇਰੀ ਗਰਦਨ 'ਤੇ ਸੀ 1-2 ਮੌਕਿਆਂ 'ਤੇ ਆਪਾਂ ਲਾਈ ਸੀਗੀ ਉਹ ਲੈ ਕੇ, ਅਤੇ ਹੁਣ ਜਿਹੜੇ 1-2 ਹੋਰ ਹੈਗੇ ਆ ਉਹਨਾਂ 'ਤੇ ਆਪਾਂ ਲੱਗੇ, ਅਤੇ ਫਿਰ ਆਪਾਂ ਤੁਹਾਨੂੰ ਪਰਮਾਨੈਂਟ ਇਲਾਜ ਦੱਸਦਾ ਵੀ ਇਹਦੇ ਨਾਲ ਲੈ ਜਾਂਦੇ ਆ। ਹਾਂ ਲੋ ਬਈ ਇਹ ਪਰਮਾਨੈਂਟ ਇਲਾਜ ਆ। ਵੈਸੇ ਮੈਂ ਵੀਡੀਓ ਦੇਖੀ ਸੀਗੀ ਕਿਸੇ ਦੀ ਯੂਟਿਊਬ 'ਤੇ ਅਤੇ ਇੰਸਟਾਗ੍ਰਾਮ 'ਤੇ ਜਿਹੜੇ ਸ਼ਾਰਟਸ ਬਣਾਉਂਦੇ ਆ ਉਹਨਾਂ ਨੇ ਦੱਸਿਆ ਸੀਗਾ ਵੀ ਅੱਖ ਨਾਲ ਲੈ ਜਾਂਦਾ, ਅਤੇ ਲੋ ਵੀ ਹੁਣ ਫਿਰ ਆਪਾਂ ਜਿਹੜੀਆਂ ਆਪਣੀਆਂ ਦੂਜੇ ਹੈਗੇ ਮੌਕੇ ਉਹਨਾਂ 'ਤੇ ਲਾਉਣੇ ਅੱਖ, ਅਤੇ ਫਿਰ ਕਰਦੇ ਇਲਾਜ। ਹਾਂ ਸੱਚ ਬਈ, ਆਪਾਂ ਨਾ ਡੈਡੀ ਕਹਿੰਦੇ ਆ ਜਾਓ ਪਹਿਲਾਂ ਉਹ ਵੀ ਬਣਾ ਕੇ ਭਾਵੇਂ ਫਾੜ ਮਾੜਾ ਜਿਹਾ ਇਹਨੂੰ ਤੋੜ ਕੇ ਲਾ ਲਾਂਗੇ, ਚੱਲ ਆਜੋ। ਅਤੇ ਆਪਾਂ ਨਾ ਬੱਛੀਆਂ ਵੇਚਣੀਆਂ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਮੰਮੀ ਇਹਨਾਂ ਤੇ ਇੰਨੇ ਪਸ਼ੂ ਸਾਂਭਦੇ ਨਹੀਂ, ਤਾਂ ਕਰਕੇ ਆਪਾਂ ਪਸ਼ੂ ਘੱਟ ਕਰ ਰਹੇ ਹਾਂ। ਹਾਂ ਅਤੇ ਡੈਡੀ ਕਹਿੰਦੇ ਸੀ ਵੀ ਵੀਡੀਓ ਬਣਾ ਕੇ ਪਾ ਦਿਓ, ਜੇ ਕਿਸੇ ਨੂੰ ਚਾਹੀਦੇ ਹੋਊਗਾ ਤਾਂ ਵੀ ਉਹ ਆਪਾਂ ਅਗਲਾ ਲੈ ਜੂਗਾ। ਅਤੇ ਆਪਾਂ ਹੁਣ ਪਿਛਲੇ ਪਾਸੇ ਬੰਨਾਂਗਾ ਮੰਗਾ, ਅਤੇ ਚਲੋ ਪਹਿਲਾਂ ਤੁਹਾਨੂੰ ਮੈਂ ਬੱਛੀਆਂ ਹੀ ਦਿਖਾਉਣੀਆਂ। ਵੈਸੇ ਇੱਕ ਮੈਨੂੰ ਮੈਸੇਜ ਆਇਆ ਵੀ ਸੀ ਵੀ ਅਸੀਂ ਬੱਛੀਆਂ ਲੈ ਕੇ ਜਾਣੀਆਂ,
ਤੇ ਬਈ ਹੁਣ ਆਪਾਂ ਮੱਛੀਆਂ ਵੇਚਣੀਆਂ, ਤੁਹਾਨੂੰ ਮੈਂ ਅੱਜ ਵੀਡੀਓ 'ਚ ਵੀ ਦਿਖਾ ਦਿੰਦੀ ਹਾਂ ਵੀ ਕਿਹੜੀਆਂ ਕਿਹੜੀਆਂ ਵੇਚਣੀਆਂ ਆਪਾਂ। ਚਲੋ ਜੀ ਆ ਗਏ ਆਪਾਂ ਬੈਕ ਸਾਈਡ, ਆਹ ਤਾਂ ਰਾਣੀ ਸੁੰਦਰ ਆਪਣੀ, ਇਹ ਤਾਂ ਨਹੀਂ, ਇਹ ਤਾਂ ਆਪਾਂ ਫ੍ਰੀ 'ਚ ਦੇ ਦੇਣੀ। ਅੱਛਾ ਆਹ ਫ੍ਰੀ 'ਚ ਦੇ ਦੇਣੀ ਹੈ ਬਈ, ਅਸੀਂ ਬੱਚੀ ਚੈੱਕ ਕਰ ਲਓ ਦੇਖ ਲਓ ਇਹ ਆਹ ਵਾਲੀ, ਆਹ ਤਾਂ ਅਸੀਂ ਫ੍ਰੀ 'ਚ ਮੱਛੀ ਦੇ ਦੇਣੀ ਹੈ, ਜਿਹਨੇ ਲਿਜਾਣੀ ਹੈ ਲੈ ਜਾਓ। ਚਲੋ ਨੈਕਸਟ ਵਨ, ਆਹ ਤਾਂ ਕੱਟੀ ਹੈ, ਆਹ ਤਿੰਨੇ ਵੇਚਣੀਆਂ, ਬੱਛੀ ਨੰਬਰ 1, ਬੱਛੀ ਨੰਬਰ 2, ਆਹ ਸੀਗੀਆਂ ਪਹਿਲੇ ਨੰਬਰ ਵਾਲੀ, ਠੀਕ ਹੈ ਦੂਜੇ ਨੰਬਰ ਵਾਲੀ, ਅਤੇ ਆਹ ਆ ਗਈ ਤੀਜੇ ਨੰਬਰ ਵਾਲੀ। ਠੀਕ ਆ ਭਰਾ, 20 ਦਿਨ ਹੀ ਹੋਏ ਠੀਕ ਆ ਭਰਾ ਇਹਨੂੰ ਵੀ 25 ਦਿਨ। ਚਲੋ ਬਈ ਡੈਡੀ ਨੇ ਤੁਹਾਨੂੰ ਦੱਸਤਾ ਵੀ ਕੀ ਸਿਸਟਮ ਹੈ ਇਹਦਾ, ਠੀਕ ਹੈ ਆਹ ਤੀਜੇ ਨੰਬਰ ਵਾਲੀ ਹੈ, ਅਤੇ ਇਹ ਤਿੰਨੇ ਆਪਾਂ ਬੱਛੀਆਂ ਵੇਚਣੀਆਂ, ਜੇ ਕਿਸੇ ਨੇ ਤਿੰਨੇ ਲਿਜਾਣੀਆਂ ਤਿੰਨੇ ਲਿਆਓ, ਜੇ ਕਿਸੇ ਨੇ ਦੋ ਲਿਜਾਣੀਆਂ ਦੋ ਲਿਆਓ, ਜੇ ਕਿਸੇ ਨੇ ਇੱਕ ਲਿਜਾਣੀ ਹੈ ਇੱਕ ਲਿਓ। ਹਾਂ ਬਟ ਸਾਡੇ ਤੋਂ ਤਾਂ ਸਾਂਭਦੇ ਨਹੀਂ, ਸਿਰਫ ਸਾਂਭਣ ਦੀ ਪ੍ਰੋਬਲਮ ਕਰਕੇ ਜਿਹੜੇ ਅਸੀਂ ਪਸ਼ੂ ਆ ਇਹ ਘਟਾ ਰਹੇ ਹਾਂ, ਅਦਰਵਾਈਜ਼ ਆਪਾਂ ਨੂੰ ਰੱਖਣ 'ਚ ਕੋਈ ਪ੍ਰੋਬਲਮ ਨਹੀਂ। ਬਾਕੀ ਹੁਣ ਮੰਮੀ ਹੋਰਾਂ ਤੋਂ ਵੀ ਬਹੁਤ ਘੱਟ ਕੰਮ ਹੁੰਦਾ, ਜਿੱਦਾਂ ਤੁਹਾਨੂੰ ਪਤਾ ਹੀ ਵੀ ਬਿਮਾਰ ਰਹਿੰਦੀਆਂ, ਚੋਣ ਚੂਣ ਦਾ ਵੀ ਬਹੁਤ ਔਖਾ ਹੋ ਜਾਂਦਾ, ਤਾਂ ਕਰਕੇ ਵੀ ਹੁਣ ਆਪਾਂ ਜਿਹੜੀਆਂ ਬੱਛੀਆਂ ਇਹ ਵੇਚਣੀਆਂ। ਬਸ ਆਪਣੇ ਕੋਲ ਵੱਡੇ ਵੱਡੇ ਪਸ਼ੂ ਰਹਿ ਜਾਣਗੇ, ਜਿਵੇਂ ਤੁਹਾਨੂੰ ਪਤਾ ਵੀ ਆਹ ਵਾਲੇ ਆਪਣੇ, ਬਸ ਆਹੀ ਪਸ਼ੂ ਰਹਿ ਜਾਣਗੇ ਆਪਣੇ ਕੋਲ 5-6, ਅਤੇ ਉਹ ਆਪਾਂ ਬੱਛੀਆਂ ਵੇਚ ਦਿਆਂਗੇ। ਅਤੇ ਕੱਲ੍ਹ ਆਪਣੀ ਮੱਝ ਸੂਈ ਹੈ ਅਤੇ ਉਹਨੇ ਦਿੱਤਾ ਕੱਟਾ, ਆਹ ਬੈਠਾ ਕਿਵੇਂ ਹੈ, ਆਹ ਬੈਠਾ ਕੱਟਾ, ਅਤੇ ਆਹ ਆਪਣੀ ਮੱਝ ਸੂਈ ਆ, ਆਹ ਵੀ ਬੱਛੀ ਆ, ਇਹ ਤਾਂ ਹਜੇ ਗਾਂ ਮਿਲਦੀ ਹੈ ਇਹਦੇ 'ਤੇ ਤਾਂ। ਅਤੇ ਪਰ ਜਿਹੜੀ ਡੈਡੀ ਨੇ ਕਿਹਾ ਵੀ ਉਹ ਆਪਾਂ ਫ੍ਰੀ 'ਚ ਫੜਾ ਦੇਣੀ ਹੈ ਬੱਛੀ, ਜੇ ਕਿਸੇ ਨੇ ਲੈ ਕੇ ਜਾਣੀ ਹੋਈ ਤਾਂ ਲੈ ਜਾਓ, ਜਿਵੇਂ ਜੇ ਕੋਈ 2 ਲੈ ਕੇ ਜਾਊਗਾ ਉਹਨੂੰ ਫ੍ਰੀ ਦੇਵਾਂਗੇ, ਹੈ ਨਾ, ਫ੍ਰੀ ਪਾਊਚਰ ਦੇਵਾਂਗੇ ਬੱਛੀ ਦਾ, ਨਿੱਕੀ ਬੱਛੀ ਦਾ। ਅਤੇ ਜੇ ਕਿਸੇ ਨੇ ਲੈ ਕੇ ਜਾਣੀਆਂ ਤਾਂ ਲੈ ਜਾਓ, ਬਾਕੀ ਇਹਨਾਂ ਦਾ ਹੋ ਗਿਆ ਚਾਹ ਪਾਣੀ ਦਾ ਟਾਈਮ, ਅਤੇ ਆਪਣਾ ਹੋ ਗਿਆ ਕੱਪੜੇ ਧੋਣ ਦਾ ਟਾਈਮ। ਬਸ ਹੁਣ ਮੈਂ ਕੱਪੜੇ ਕੱਢਦੀ ਹਾਂ ਅਤੇ ਪੀਣਗੇ ਚਾਹ ਪਾਣੀ, ਇੱਧਰ ਭਾਬੀ ਪਾਈ ਬੈਠੀ ਕੌਲਿਆਂ 'ਚ, ਅਤੇ ਤਾਜ ਵਤਨ ਦਾ ਧਿਆਨ ਕੀ ਦੇਣੀ ਹੈ, ਤਾਜ ਵਤਨ ਦੁੱਧ ਦੁੱਧ ਪਿਆ ਕਿ ਨਹੀਂ ਹਜੇ, ਖੁਸ਼ੀ ਕਿਹਾ ਤਾਂ ਆਪ ਦੋ ਪਸ਼ੂ ਰੱਖੇ ਪਿਆ, ਨਹੀਂ ਨਹੀਂ ਦੋ ਹੀ ਪਸ਼ੂ ਹੁਣ ਉਹਨਾਂ ਦੇ, ਬਸ ਗਾਂ ਤੇ ਮੱਝ ਹੀ ਬਸ, ਦੋ ਹੀ ਪਸ਼ੂ ਰਹਿ ਗਏ ਉਹਨਾਂ ਦੇ। ਨਹੀਂ ਨਹੀਂ ਉਹ ਤਾਂ ਆਪ ਨਹੀਂ ਸਾਂਭਦੇ, ਦੇਖੀ 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 ਹੋਰ ਇੰਨੇ ਪਸ਼ੂ ਲਿਆ ਕੇ ਕਰਨਾ ਜੀ, ਬੱਬੂ ਦੇ ਵਿਆਹ ਵਾਲੇ ਆਪਣੀਆਂ ਗਾਵਾਂ ਸੂਣ ਵਾਲੀਆਂ ਹੀ ਆ, ਤੇ ਜਿਵੇਂ ਦਿਲ ਕੋਲ ਵਿਆਹ ਵਾਲੇ ਦਿਨ ਸੂਈ ਸੀ ਇੱਕ ਦਿਨ, ਅਮੀ ਇੱਕ ਜਾਗੋ ਵਾਲੇ ਦਿਨ ਸੂਈ ਸੀ, ਇੱਕ ਵਿਆਹ ਵਾਲੇ ਦਿਨ, ਅੱਛਾ ਇੱਕ ਦਿਨ ਵਿਆਹ ਵਾਲੇ ਦਿਨ ਸੂਈ ਸੀ, ਇੱਕ ਉਦੋਂ ਅਗਲੇ ਦਿਨ, ਤੇ ਆਹੀ ਬੱਬੂ ਦੇ ਵਿਆਹ ਵੇਲੇ ਵਿੱਚ ਹੀ ਆਉਣਗੇ ਮੇਰੇ ਸਾਹਮਣੇ, ਹਾਂ ਤੇ ਉਧਰੋਂ ਗਾਂ ਸੂਪੀ, ਮੰਮੀ ਨੂੰ ਕੇਕ ਕੱਟਣ ਵੇਲੇ ਭਾਲੀ ਅੱਗੇ ਮੰਮੀ ਗਾਂ ਕੋਲ ਤੁਰੀ ਫਿਰੇ, ਕੀ ਹੈ ਤੈਨੂੰ ਵੀ ਲੈ ਤਾਂ ਲਿਆ ਵਲੌਗ 'ਚ, ਹੁਣ ਪੁੱਤ ਤੈਨੂੰ ਤਾਂ ਨਹੀਂ ਦਿਖਾਈ ਜਾਣਾ, ਅਸੀਂ ਵੀ ਦੇਖਣਾ, ਤੈਨੂੰ ਹੁਣੇ ਨਾ ਚਸਕਾ ਪੈ ਜਾ ਕਿਤੇ ਫੋਨ ਦਾ, ਨਹੀਂ ਦੇਣਾ ਤੈਨੂੰ ਫੋਨ ਨੂੰ ਨਿੱਕਾ, ਤੂੰ ਤੈਨੂੰ ਨਹੀਂ ਪਤਾ ਤੂੰ ਕਿੱਕਾ ਕਾਕਾ ਹਜੇ ਕਿੱਕਾ ਕਾਕਾ, ਵੀ ਜੇ ਕੱਲ ਵੇਖੀ ਇਹ ਖੜ ਜਾ, ਇਹ ਆਏ ਕੀਤੀ ਸੀ ਇਹ, ਹਾਂ ਇਹ ਮੋੜੀ ਪੁੱਤੀ ਸਿੱਧੀ ਹੋ ਗਈ, ਮੰਮੀ ਥੋੜੀ ਜਿਹੀ ਪਰਾਂ ਹੋਰ ਕਰੋ ਮੰਮੀ, ਇਹ ਆਓ ਜਾ ਕਾ ਕੱਲ ਦੇ ਅਰਲੇ ਪਾਸੇ ਵੱਧ ਹੁੰਦੀ ਆ, ਹਾਂ ਆਏ ਕਰੋ ਥੋੜੀ ਪਾਛੇ ਲੈ ਲਓ, ਪਾਛੇ ਲੈ ਲਓ, ਲੈ ਲੈ ਰਾਜੇ ਤੈਨੂੰ ਕੀ ਕੁਝ ਕਰਨ ਲੱਗ ਗਿਆ ਤੂੰ, 5 ਮਹੀਨੇ ਦੋ ਕੇ ਕਹਿੰਦੇ ਬੈਠਣ ਵੀ ਲੱਗ ਜਾਂਦਾ ਹੁੰਦਾ ਜਵਾਕ, ਤੂੰ ਬੈਠਣ ਹੀ ਨਹੀਂ ਲੱਗਿਆ, ਓ ਮਾਈ ਗੋਡ, ਲੈ 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 ਐਕਟਿਵ ਤਾਂ ਬਹੁਤ ਹੈ ਇਹ, ਕਹਿਣ ਨੂੰ ਕੀ ਕਹਿਣਾ, ਸਾਡੀ ਸਾਰੀ ਫੈਮਿਲੀ ਚੋਂ ਐਕਟਿਵ ਬੱਚਾ ਇਹ, ਤੇਰੀ ਮੰਮੀ ਨੂੰ ਆਏ ਆ ਨਾ ਛੇਤੀ ਬੈਠਣ ਲੱਗ, ਛੇਤੀ ਬੈਠਣ ਲੱਗ ਜਾਏਗਾ ਤੂੰ, ਛੇਤੀ ਬੈਠਣ ਲੱਗ ਜਾਏਗਾ ਤੂੰ, ਛੇਤੀ ਬੈਠਣ ਲੱਗ ਜਾਏਗਾ, ਬੈਂਦੀ ਆ
ਨਾ ਤੂੰ ਤੂੜੀ ਲਾਉਣ ਲੱਗਣਾ ਏ ਬਾਹਾਂ ਚੜਾਂਗਾ ਲੈ ਮੰਮੀ ਦੇਖੀ ਪੰਗੇ ਲਈ ਜਾਂਦੀ ਨਾ ਮੰਮੀ ਤਾਂ ਉਹਨੂੰ ਹੱਥ ਪਾ ਤਾਂ ਉਹਨੂੰ ਹੱਥ ਪਾ ਨਿੱਕੀ ਵੀ ਆ ਜੇ ਤੁਹਾਨੂੰ ਪਤਾ ਅਸੀਂ ਕਿਤੇ ਵੀ ਜਾਣਾ ਹੋਵੇ ਮੰਮੀ ਨੇ ਆਲਵੇਸ ਆਪਣੇ ਜਿਹੜੇ ਬਾਰ ਦੇ ਵਿੱਚ ਖੜਨਾ ਹੀ ਹੁੰਦਾ ਮੰਮੀ ਕਾਹਦੇ ਵਾਸਤੇ ਖੜਦੀ ਨਹੀਂ ਦੱਸੀ ਮਾੜਾ ਅੱਛਾ ਵੀ ਕੰਮ ਕਰਨ ਜਾਂਦੇ ਹੋਵੇ ਫਿਰ ਚੰਗਾ ਬੰਦਾ ਮੱਥੇ ਲੱਗਣਾ ਚਾਹੀਦਾ ਭਾਬੀ ਦਾ ਉਦਣ ਜਾ ਕੇ ਪਛਤਾਉਂਦੀ ਆ ਤੇ ਲੋ ਬਈ ਗੱਡੀ ਕਰ ਲਈ ਸਟਾਰਟ ਤੇ ਹੁਣ ਆਪਾਂ ਚੱਲੇ ਬਠਿੰਡੇ ਆਪਾਂ ਨੂੰ ਡਾਈ ਵਾਲੇ ਵੀਰੇ ਦਾ ਫੋਨ ਆ ਗਿਆ ਸੀ ਵੀ ਸਾਰੇ ਜਿਹੜਾ ਕੱਪੜੇ ਡਾਈ ਕਰਨ ਦਿੱਤੇ ਸੀਗੇ ਆਪਾਂ ਜਾਂ ਚੁੰਨੀਆਂ ਦਿੱਤੀਆਂ ਸੀ ਉਹ ਆਪਣੀਆਂ ਡਾਈ ਹੋ ਗਈਆਂ ਤੇ ਹੁਣ ਆਪਾਂ ਚੱਲਦੇ ਹਾਂ ਬਠਿੰਡੇ ਤੇ ਜਿਹੜੇ ਕੱਪੜੇ ਮਸ਼ੀਨ ਵਰਕ ਵਾਸਤੇ ਦੇਣੇ ਮਸ਼ੀਨ ਵਰਕ ਵਾਸਤੇ ਦੇਵਾਂਗੇ ਜਿਹੜੇ ਹੈਂਡ ਵਰਕ ਵਾਸਤੇ ਦੇਣੇ ਹੈਂਡ ਵਰਕ ਵਾਸਤੇ ਦੇ ਦਾਂਗੇ ਚਲੋ ਅਮਨਿੰਦਰ ਦਾ ਹਾਂਜੀ ਵੀ ਸੇਮ ਹੀ ਚਾਹੀਏ ਅਮਨਿੰਦਰ ਦਾ ਵੀ ਆਪਾਂ ਇੱਥੋਂ ਹੀ ਸੂਟ ਰੈਡੀ ਕਰਾਉਣਾ ਦੇਖੋ ਇੰਨੀ ਸਫਾਈ ਆ ਇੰਨੇ ਘੈਂਟ ਕੰਮ ਕਰਦਾ ਵੀਰਾ ਆਪਾਂ ਹਮੇਸ਼ਾ ਹਰ ਇੱਕ ਸੂਟ ਇੱਥੋਂ ਹੀ ਰੈਡੀ ਕਰਾਉਣੇ ਆ ਦੇਖੋ ਇੱਧਰ ਵੀ ਹੋਈ ਜਾਂਦਾ ਸੂਟ ਰੈਡੀ ਹਾਂਜੀ ਤੇ ਟਾਈਮ ਹੋ ਗਿਆ 12:54 ਬਸ ਆਪਣਾ ਘੰਟੇ ਦਾ ਕੰਮ ਸੀਗਾ ਆਪਾਂ ਚੁੰਨੀਆਂ ਫੜੀਆਂ ਜਿਹੜੇ ਸੂਟ ਕਲਰ ਕਰਨੇ ਦਿੱਤੇ ਸੀਗੇ ਉਹ ਫੜੇ ਫੜ ਕੇ ਆਪਾਂ ਮਸ਼ੀਨ ਵਰਕ ਵਾਲਿਆਂ ਦਿੱਤੇ ਪਹਿਲਾਂ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਸੂਟ ਹੈਂਡ ਵਰਕ ਕਰਵਾਉਣੇ ਸੀ ਉਹ ਹੈਂਡ ਵਰਕ ਵਾਸਤੇ ਦੇਤੇ ਤੇ ਬਸ ਉਹ ਕੰਮ ਨਿਬੇੜ ਕੇ ਤੇ ਹੁਣ ਆਪਾਂ ਚੱਲਦੇ ਹਾਂ ਘਰੇ ਘਰੇ ਆ ਕੇ ਆਪਾਂ ਅੱਜ ਥੋੜ੍ਹੀਆਂ ਜਿਹੀਆਂ ਰੀਲਸ ਵੀ ਸ਼ੂਟ ਕਰਨੀਆਂ ਕਿਉਂਕਿ ਕਾਫੀ ਦਿਨ ਹੋ ਗਏ ਬਸ ਅਸੀਂ ਇੱਧਰ ਉੱਧਰ ਟਾਈਮ ਜਿਹੜਾ ਆਪਣਾ ਹੋ ਜਾਂਦਾ ਸੀਗਾ ਤਾਂ ਕਰਕੇ ਹੁਣ ਆਪਾਂ ਅੱਜ ਘਰੇ ਆ ਕੇ ਥੋੜ੍ਹਾ ਜਿਹਾ ਟਾਈਮ ਨੂੰ ਯੂਟੀਲਾਈਜ਼ ਕਰਾਂਗੇ ਮੈਂ ਭਾਬੀ ਨੂੰ ਵੀ ਕਹਿ ਗਈ ਸੀਗੀ ਮੈਂ ਕੋਈ ਕੰਟੈਂਟ ਸੋਚ ਕੇ ਰੱਖੀ ਹੈ ਜੇ ਆਪਾਂ ਫਨੀ ਵੀਡੀਓਜ਼ ਵੀ ਬਣਾਉਣੀਆਂ ਮੈਂ ਕਿਹਾ ਅੱਜ ਹੁਣ ਅਸੀਂ ਪਹੁੰਚ ਜਾਣਾ ਮਤਲਬ ਅੱਧੇ ਘੰਟੇ 'ਚ ਪਹੁੰਚ ਜਾਣਾ 1:30 ਵਜੇ ਨੂੰ ਪਹੁੰਚ ਜਾਣਾ ਫਿਰ ਆਪਣੇ ਕੋਲ 2-3 ਘੰਟੇ ਹੋਣਗੇ 2-3 ਘੰਟੇ ਆਪਾਂ ਵਧੀਆ ਜਿਹੜਾ ਉਹਦਾ ਕੰਟੈਂਟ ਆ ਉਹ ਬਣਾਵਾਂਗੇ ਇੱਧਰ ਨਾ ਪ੍ਰੋਗਰਾਮ ਦੇਖੀ ਜਾਂਦੇ ਨੇ ਸੂਟਾਂ ਦਾ ਤੇ ਪਰ ਮੈਂ ਸੂਟ ਦਿਖਾਉਣੇ ਨਹੀਂ ਫਿਰ ਤੁਹਾਨੂੰ ਪਤਾ ਵੀ ਲੁੱਕ ਰਵੀਲ ਹੋ ਜਾਂਦੀ ਆ ਆਂਟੀ ਆਰਗੈਨਜ਼ਾ ਪਿਓਰ ਬਹੁਤ ਸੋਹਣਾ ਰੰਗ ਬਲੈਕ ਐਂਡ ਵਾਈਟ ਕਰ ਦੇਣਗੇ ਦਿਲ ਕੁਛ ਨੂੰ ਹੈ ਬਲੈਕ ਐਂਡ ਵਾਈਟ ਇਹਨਾਂ ਦਾ ਬਲੈਕ ਐਂਡ ਵਾਈਟ ਦਿਸੂ ਲੈ ਤਾਂ ਤਾਜੂ ਦੇ ਦੇ ਉਹ ਚੁੰਨੀ ਚੁੰਨੀ ਤੋਂ ਨਹੀਂ ਲੱਗਦੀ ਤਾਜੂ ਦੀ ਚੁੰਨੀ ਦੇਖੀ ਤੋਂ ਨਹੀਂ ਲੱਗਦੀ ਦੇ ਲੈ ਇਹ ਤਾਂ ਖਾਣ ਤਾਂ ਹੀ ਜਾਂਦੀ ਆ ਹੈ ਸੱਚ ਲੈ ਆਂਟੀ ਅੰਦਰੋਂ ਆਈ ਅੰਦਰੋਂ ਆ ਕੇ ਕਹਿੰਦੀ ਤੁਹਾਨੂੰ ਪਤਾ ਨਹੀਂ ਲੱਗਿਆ ਸੀ ਕੀ ਹੋ ਗਿਆ ਕਹਿੰਦੀ ਭਜਾਲ ਆ ਗਿਆ ਸੀ ਕਹਿੰਦੀ ਇਹ ਤਾਂ ਖਬਰਾਂ ਆਈ ਜਾਂਦੀਆਂ YouTube ਤੇ ਕੀ ਬਾਤ ਤੈਨੂੰ ਪੁਰਾਣੀਆਂ ਆਈ ਜਾਂਦੀਆਂ ਹੁਣ ਮੰਮੀ ਆਲੀ ਹੈ ਉਥੇ ਦੂਜਾ ਬਿੱਟੂ ਦੀ ਦੁਕਾਨ ਤੇ ਉਹਨਾਂ ਦੀ ਗੱਡੀ ਖੜੀ ਸੀ ਬਾਹਰ ਚ
ਆਪਣੇ ਮਾੜਾ ਮੋਟਾ ਸੀ ਬਾਹਲਾ ਨੀ ਸੀ ਬਈ ਸਾਨੂੰ ਤਾਂ ਪਤਾ ਨੀ ਲੱਗਿਆ ਭਾਬੀ ਪਤਾ ਲੱਗਿਆ ਭਾਬੀ ਦਾ ਉਹ ਬਹੁ ਭਜਾਲ ਦਾ ਬਾਬੂ ਭਾਬੀ ਦੇ ਵਿੱਚ ਇਧਰ ਉਧਰ ਹੋ ਗਈ ਪਿਓਰ ਚਨੋਣ ਦੇ ਦੁਪੱਟੇ ਲੈਤੇ ਕੁੜੀ ਨੇ ਐਨਕੀ ਕਾਵਲ ਦੇ ਮੈਂ ਕਹਿੰਦੀ ਸਿਰਾ ਲਾਈ ਜਾਂਦੀ ਆ ਤੁਸੀਂ ਦੇਖੋਗੇ ਵੀ ਜਿਹੜੇ ਅਮਰਿੰਦਰ ਨੇ ਦੁਪੱਟੇ ਕਰਾਏ ਨਾ ਐਨਕੀ ਪਾਸੇ ਵੀ ਭਾਬੀ ਸਿੰਗਲ ਸਿੰਗਲ ਡਾਈ ਕਰਾਏ ਆ ਤੇ ਪਰ ਉਹ ਕਹਿੰਦੀ ਵੀ ਹਜੇ ਕਲਰ ਨਹੀਂ ਰਿਵੀਲ ਕਰਨੇ ਕਲਰ ਬਸ ਉਹੀ ਮਹਿੰਦੀ ਰੰਗਾ ਤੇ ਯੈਲੋ ਤੁਸੀਂ ਅੰਦਰ ਜਾਓ ਤੁਹਾਡੇ ਇੱਥੇ ਕੋਈ ਕੰਮ ਹੀ ਨਹੀਂ ਤੁਸੀਂ ਕਹਿੰਦੇ ਇੱਥੇ ਬੈਠੇ ਆ ਝਟ ਕੇ ਜਿਹਨੂੰ ਲੈ ਕੇ ਜਾਓ ਅੰਦਰ ਝਟਕੂ ਨਹੀਂ ਮੇਰੇ ਝਟਕੂ ਮਹਿੰਦੀ ਰੰਗਾ ਵੀ ਰੰਗ ਸੋਹਣਾ ਪੀਲਾ ਵੀ ਰੰਗ ਸੋਹਣਾ ਬਈ ਸਾਨੂੰ ਕਾਰੀ ਤਿੰਨ ਸੂਟ ਫੜਾ ਕੇ ਆਉਂਦੇ ਆ ਹਲੇ ਮੰਮੀ ਹਾਂ ਲਾਉਣ ਵਾਲੇ ਫੜਾ ਕੇ ਆਉਣਾ ਕੋਈ ਚੱਕਰ ਨੀ ਮੰਮੀ ਐ ਮਾਰੀ ਜਾਂਦੀ ਰਹਿੰਦੀ ਆ ਪੱਖਾ ਪੁੱਖਾ ਨੀ ਛੱਡੀ ਦਾਦੀ ਕਿਸੇ ਤਾਂ ਵੀਡੀਓ ਬਣਾਉਂਦੇ ਨੀ ਤੁਸੀਂ ਪੱਖਾ ਛੱਡ ਕੇ ਕਰਨਾ ਇੱਕ ਬਾਲੀ ਘੈਂਟ ਕਰੰਟੀ ਵਾਲੀ ਵੀਡੀਓ ਪਾਪਾ ਦਾ ਐਂ ਕਹਿੰਦੇ ਕਹਿੰਦੇ ਦਵਿੰਦਰ ਦਿਲ ਪੇਚਕ ਦੀ ਜਿਹੜੀ ਸ਼ੇਪ ਕਹਿੰਦੇ ਖਰਾਬ ਹੋ ਗਈ ਕਹਿੰਦਾ ਉਹਨੇ ਕਹਿਣਾ ਮੰਮੀ ਮੰਮੀ ਜਾਓ ਤੁਸੀਂ ਤਾਂ ਕੰਟੈਂਟ ਖਰਾਬ ਕਰ ਦਾਂਗਾ ਸਾਡਾ ਉਹਨੂੰ ਇੱਕ ਅੱਧੀ ਵੀਡੀਓ ਬਣਾ ਲੈਂਦੀਆਂ ਸੀ ਜਾਓ 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 ਭੱਜ 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 ਹੁਣ ਨੀ ਨੀਂਦ ਨੂੰ ਆਉਂਦੀ ਦੋ ਘੰਟੇ ਇੱਥੇ ਵੀਡੀਓ ਬਣਾਉਣੀਆਂ ਕੰਟੈਂਟ ਸੋਚ ਲਾ ਚਲੋ ਬਾਈ ਅਸੀਂ ਹੁਣ ਵੀਡੀਓਜ਼ ਬਣਾਉਣੇ ਆ ਤੁਸੀਂ ਜਾ ਕੇ ਇੰਸਟਾਗ੍ਰਾਮ ਤੇ ਚੈੱਕ ਕਰਿਓ ਵੀਰਪਾਲ ਕੌਰ 18 ਤੇ ਦਵਿੰਦਰ ਕੌਰ ਤੇ ਤਾਜੂ ਦੇ ਪੈਣ ਦਾ ਤਰੀਕਾ ਦੇਖ ਲਓ ਮੋਰਨ ਰਿਲੈਕਸ ਹੋਈ ਪਈ ਹੈ ਮੰਮੀਆਂ ਦੀ ਸ਼ੀਸ਼ੀ ਪੀ ਲਈ ਤੇ ਸੌਣ ਦਾ ਨਾਣੀਆਂ ਪਈ ਹੈ ਮੰਮੀ ਬੋਲਦੀ ਹੈ ਮੈਨੂੰ ਕੁਛ ਕਹਿੰਦੀ ਹੈ ਜੀਭ ਨਾ ਬੁਲਾਉਂਦੀ ਆ ਉਹ ਪੈਰ ਦਿਖਾਉਣੀ ਹੈ ਮੈਨੂੰ ਦਿਲ ਕੁਛ ਕਰਦਾ ਗਿਆ ਨਾ ਉਹ ਜੀਭ ਹਾਂਜੀ ਤੇ ਟਾਈਮ ਹੋ ਗਿਆ 6:22 ਤੇ 22 ਮਿੰਟ ਬਈ ਸੁੱਤੇ ਤੇ ਉੱਠਣ ਲੱਗੇ ਮੈਨੂੰ ਪਤਾ ਹੀ ਨਹੀਂ ਲੱਗਾ ਇੰਨਾ ਸੁੱਤੀਆਂ ਮਤਲਬ 3:30 ਦੀਆਂ ਸੁੱਤੀਆਂ ਹੋਈਆਂ ਸੀਗੀਆਂ ਤੇ ਹੁਣ ਟਾਈਮ ਹੋ ਗਿਆ 6:30 ਮੇਰੇ ਫੋਨ 'ਤੇ ਪਤਾ ਨਹੀਂ ਕੰਪਨੀਆਂ ਦਾ ਫੋਨ ਆਇਆ ਉਹ ਤੋਂ ਫੋਨ ਆਇਆ ਉਦੋਂ ਮੈਂ ਉੱਠੀ ਹਾਂ ਅਮਰਿੰਦਰ ਤਾਂ ਮੈਨੂੰ ਲੱਗਦਾ ਲੇਟ ਉੱਠੀ ਉਹਨੂੰ ਸੁੱਤੀ ਹੋਣੀ ਹੈ ਕਿਉਂਕਿ 5 ਵਜੇ ਉਹਨੇ ਵਲੋਗ ਵੀ ਪਬਲਿਕ ਕੀਤਾ ਮੈਨੂੰ ਤਾਂ ਪਤਾ ਨਹੀਂ ਲੱਗਿਆ ਵਲੋਗ ਦਾ ਵੀ ਰਾਜਵਦਨ ਵੀ ਸੁੱਤੀ ਪਈ ਆ ਅਤੇ ਉਹਦਾ ਡੈਡੀ ਵਰਗੇ ਜਿਹੜੇ ਵੱਟਾਂ ਪਾਈ ਜਾਂਦੇ ਆ ਉਹ ਸੀ ਡੈਡੀ ਦੇ ਦਿਲ ਕੁਛ ਉੱਧਰ ਵੱਟਾਂ ਪਾਈ ਜਾਂਦੇ ਆ ਫਿਰ ਮੈਂ ਕਿਹਾ ਸੀ ਨਾ ਮੈਂ ਕਿਹਾ ਦਿਲ ਕੁਛ ਨੂੰ ਐਂ ਵੀ ਵੱਟਾਂ ਪਾ ਦੇਗੇ ਅਤੇ ਜਿਹੜੇ ਆਪਾਂ ਆਪਦੇ ਕੰਮ ਕਰਨੇ ਕਹਿੰਦਾ ਭਾਬੀ ਮੂੜੀਆਂ ਲਾਉਣੀਆਂ ਵੀ ਲਾ ਦੇਗੇ ਮੀਂਹ ਦਾ ਕੀ ਹੈ ਮੀਂਹ ਤਾਂ ਡੇਲੀ ਆ ਜਾਂਦਾ ਅਤੇ ਇੱਕ ਮੰਮੀ ਦੇ ਪੈਰ ਵਾਲੇ ਦੁਖੀ ਜਾਂਦੇ ਮੰਮੀ ਕਹਿੰਦੀ ਤੁਸੀਂ ਐਂ ਕਰੋ ਵੀ ਮੇਰੇ ਨਾਲ ਪੱਠੇ ਪਵਾ ਦਿਓ ਤੂੰ ਅਤੇ ਦਵਿੰਦਰ
ਮੈਂ ਚੱਲ ਕੋਈ ਨਹੀਂ ਅਸੀਂ ਪੱਠੇ ਪਵਾ ਦੇਣੇ ਹਾਂ, ਸੈਰ ਸੂਰ ਦਾ ਰਹਿਣ ਦਿੰਦੇ ਹਾਂ, ਘਰੇ ਕੰਮ ਵੀ ਜ਼ਰੂਰੀ ਹੈ, ਜ਼ਰੂਰੀ ਤਾਂ ਨਹੀਂ, ਫਿਰ ਹੁਣ ਉੱਠ ਲੱਗੀ ਜਦੋਂ ਲੇਟ ਹੋ ਗਏ ਹੈ ਨਾ। ਭਾਬੀ ਨੇ ਚੱਕ ਲਈ ਇੱਧਰ ਦਾਣੇ ਵਾਲੀ ਬਾਲਟੀ ਅਤੇ ਮੈਨੂੰ ਟੋਕਰੇ 'ਚ ਕਹਿੰਗੀ ਮੰਮੀ, ਨਹੀਂ ਮੈਂ ਚੱਕ ਲੈਂਦੀ ਤੂੰ ਮੈਨੂੰ ਉਹ ਦੇ ਇਹਨੂੰ ਹੈਂ, ਪਰ ਆਇਆ ਮੈਂ ਨਹਾਉਣਾ ਵੀ ਨਹੀਂ, ਫਿਰ ਤੁਸੀਂ ਨਹਾਉਣਾ ਹੋਊਗਾ ਐਂ, ਮੈਂ ਤਾਂ ਤੂੰ ਤੁਹਾਡੀ ਪੈ ਜੂਗੀ ਹੈਂ। ਲਓ ਬਈ ਉਹੀ ਕੰਮ ਤਾਂ ਕਰਨਾ ਸੀ, ਡਾਂਗ ਲਈ ਤਾਂ ਭਾਬੀ ਖੜੀ ਆ, ਮਾੜਾ ਮੋਟਾ ਪਸ਼ੂ ਤਾਂ ਇੱਧਰ ਉੱਧਰ ਕਰ, ਆਓ ਚੱਕ ਆਏ। ਪਤਾ ਕੀ ਹੈ ਇਹਨਾਂ ਨੂੰ ਪਾਸੇ ਜਿਹਾ ਡੰਡਾ ਲੈ ਕੇ, ਹੁਣ ਵਾਹਵਾ ਟਾਈਮ ਹੋ ਗਿਆ ਨਾ ਪਸ਼ੂਆਂ ਜਾਂਗਾਂ ਨੂੰ, ਤਾਂ ਕਰਕੇ ਮੇਰੇ ਨਾਲ ਥੋੜ੍ਹੀ ਕਨਫਿਊਜ਼ਨ ਹੋਈ ਪਈ ਆ। ਅੱਛਾ ਚੱਲ ਕੋਈ ਨੀ, ਤੇ ਹੁਣ ਪੱਠਿਆਂ ਦੇ ਟੋਕਰੇ ਜਿਹੜੇ ਚਾਰ ਚਕਾ ਦੇ ਗਏ ਤੇ ਉਦੋਂ ਬਾਅਦ ਖਾਣੇ ਪਪੀਤਾ, ਕਿਉਂਕਿ ਭੁੱਖ ਇੰਨੀ ਜ਼ਿਆਦਾ ਲੱਗੀ ਪਈ ਆ, ਅੱਗੇ ਤਾਂ ਟਾਈਮ ਨਾਲ ਹੀ ਖਾ ਲੈਣੇ ਉਹਨੇ, ਤੇ ਅੱਜ ਹੁਣ ਤੁਹਾਨੂੰ ਪਤਾ ਵੀ ਸੌਣ ਨਾਲ ਜਿਹੜਾ ਆਪਣਾ ਸ਼ਡਿਊਲ ਆ ਉਹ ਵਿਗੜ ਗਿਆ। ਅੱਗੇ ਉਹ ਸੰਤਰੀ ਸੰਤਰੀ ਸੂਰਜ ਸ਼ੋਅ ਹੋਈ ਜਾਂਦਾ ਇਹ, ਮੰਮੀ ਸਹੀ ਨੀ ਉਹ ਸਹੀ ਸਹੀ ਆ, ਹੁਣ ਮੈਂ ਰਾਤ ਨੂੰ ਮੈਂ ਉਹੀ ਕਵੀ ਵਿਆਹੂੰਗੀ। ਵਧੀਆ ਵਧੀਆ ਹੋਰ, ਮੰਮੀ ਕਹਿੰਦੀ ਕਹਿੰਦੀ ਹੁਣ ਤਾਂ ਸ਼ਾਮ ਨੂੰ ਸੌਣਾ ਨਹੀਂ ਚਾਹੀਦਾ, ਕਹਿੰਦੀ ਮੁੜ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ, ਕਹਿੰਦੀ ਕੋਈ ਮਾੜਾ ਮੋਟਾ ਕੰਮ ਲੱਗੀਏ। ਮੈਂ ਕਿਹਾ ਇਹ ਗੱਲ ਵੀ ਸਹੀ ਆ ਹੈਨਾ, ਜੇ ਹੱਥ ਨੇ ਸੌ ਜਾਂਦੇ ਹੁਣ ਰਾਤ ਨੂੰ ਨੀਂਦ ਨਹੀਂ ਆਉਣੀ ਵੀ ਰਿਗਲ ਜੇ। ਲਓ ਬਈ ਭਾਬੀ ਨੇ ਪਾਤਾ ਦਾਣਾ ਅਤੇ ਆਪਾਂ ਮੰਮੀ ਨੂੰ ਪਾ ਦੇ ਪੈਰ ਚੁਕਾ ਦੇ ਪੱਠਿਆਂ ਦੇ ਟੋਕਰੇ, ਅਤੇ ਇੰਨੇ 'ਚ ਜਿਹੜੇ ਪੱਠੇ ਸੀਗੇ ਉਹ ਪੈ ਗਏ, ਅਤੇ ਮੈਂ ਆਂਟੀ ਨੂੰ ਕਹਿ ਗਈ ਸੀ ਵੀ ਆਂਟੀ ਪਪੀਤਾ ਚੀਰ ਦੇ, ਅਤੇ ਆਂਟੀ ਚੱਕੀ ਬੈਠੀ ਹੈ ਪਪੀਤਾ ਕੋਲੇ, ਤਾਜ਼ਾ ਤੁਹਾਨੂੰ ਬਈ ਮੰਮੀ ਕਹੀ ਸੀ ਤਾਜ਼ਾ ਤੁਹਾਨੂੰ ਚੱਕ ਕੇ ਲੈ ਜਾਓ, ਇਹ 'ਚੋਂ ਨਹੀਂ ਨਿਕਲਦਾ ਆਂਟੀ, ਕਈਆਂ ਕਈਆਂ 'ਚ ਵਾਲੇ ਨਿਕਲਦੇ ਆ, ਕਈਆਂ 'ਚ ਜਮ੍ਹਾਂ ਨਹੀਂ ਨਿਕਲਦੇ। ਤੂੰ ਸਹੀ ਆ ਪੱਕਿਆ ਹੋਇਆ ਸਹੀ ਠੀਕ ਆ, ਤਾਜ਼ਾ ਤੁਹਾਨੂੰ ਹੁਣ ਠਾਲ ਗਈ ਕਿ ਡੇਨ ਸੋਣਾ ਹੈਂ। ਚਲੋ ਬਈ ਆਂਟੀ ਇੱਧਰ ਪਪੀਤਾ ਕੱਟੀ ਜਾਂਦੀ ਆ, ਇਹ ਵੀ ਕੰਮ ਆ ਇੱਕ ਹੈ ਨਾ ਵੀ। ਤਾਜਵਤਨ ਪੁੱਤੂ ਗੁੱਡ ਮਾਰਨਿੰਗ, ਓ ਮਾਈ ਗੋਡ ਮੇਰਾ ਸੀ ਹੈ ਭਾਬੀ, ਲੇਟੀ ਵੀ ਪਾ ਕੇ ਲਿਆਊਗੀ, ਔਰ ਡੋਲਤੀ 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 ਲੇਟੀ। ਅੱਜ ਅਸੀਂ ਫਨੀ ਵੀਡੀਓਜ਼ ਬਣਾਈਆਂ ਸੀ ਮੈਂ ਅਤੇ ਭਾਬੀ ਨੇ, ਬਹੁਤ ਸੋਹਣੀਆਂ ਬਣੀਆਂ ਸੀਗੀਆਂ, ਦੋ ਹੋਰ ਬਣਾਉਣੀਆਂ ਸੀਗੀਆਂ। ਉਹ ਦਿਨ ਬਾਅਦ 'ਚ ਟਰੈਕਟਰ ਚੱਲ ਪਿਆ, ਫਿਰ ਉਹ ਆਵਾਜ਼ ਵਿੱਚ ਆਉਂਦੀ ਸੀਗੀ, ਹੁਣ ਸ਼ਾਇਦ ਕੱਲ੍ਹ ਨੂੰ ਬਣਾਵਾਂਗੇ। ਬੱਬੂ ਸੁੱਤੀ ਪਈ, ਜੇ ਬੱਬੂ ਨਾ ਸੁੱਤੀ ਹੁੰਦੀ ਫਿਰ ਅਸੀਂ ਬਣਾ ਵੀ ਲੈਂਦੀਆਂ, ਵੈਸੇ ਉਹਨੂੰ ਬਿਠਾਉਣਾ ਚਾਹੀਦਾ, ਹੁਣ ਮੁੜ ਕੇ ਨੀਂਦ ਨਹੀਂ ਆਉਂਦੀ। ਠਾ ਗਿਆ ਵਾ ਹਾਂ ਆਂਟੀ, ਲਾ ਦੇ ਘੋੜਾ ਜਿਹਾ ਹੁੰਦਾ, ਠਾ ਗਿਆ ਵਾ ਉਹਨੂੰ ਕੀ ਰਹਿਣ ਦਿਆ, ਲੜੂਗੀ ਵੀ ਫਿਰ ਜੇ ਪਾ ਤਿਆ ਠਾ ਕੇ ਆਉਣੇ ਦੇਣੇ ਆ। ਅੱਜ ਮੈਂ ਬਹੁਤ ਦਿਨਾਂ ਬੱਬੂ ਉਠਾਉਣ ਜਾਂਦੀ ਹਾਂ, ਅੱਗੇ ਮੈਂ ਉਹਨੂੰ ਕਹਿੰਦੀ ਇਗਨੋਰ, ਯਾਦ ਰੱਖੀ ਤਾਜ਼ਾ ਤੁਹਾਨੂੰ ਹੋਰ ਹੀ ਕੱਪੜੇ ਪਾਈ ਹੋਈ ਆ। ਤਾਜ ਵਤਨ ਭੋਲੂਗਾ ਕਿ ਉੱਥੂ ਉੱਠ ਖੜ ਤਾਜ ਵਤਨ, ਉੱਥੋਂ ਫਿਰ ਰਾਤ ਨੂੰ ਨਹੀਂ ਸੌਣਾ ਉਹ ਕੋਚੀ। ਹਾਂਜੀ ਅਤੇ ਹੋਪਫੁਲੀ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊ। ਅਤੇ ਇੱਕ ਗੱਲ ਹੋਰ, ਆਪਾਂ ਜਿਹੜੀ ਹੁਣ ਸੂਟਾਂ ਦੀ ਕਲੈਕਸ਼ਨ ਆ ਉਹ ਆਪਾਂ ਹੁਣ ਨੈਕਸਟ ਮੰਥ ਹੀ ਲੈ ਕੇ ਆਵਾਂਗੇ, ਕਿਉਂਕਿ ਹਜੇ ਸਟੱਫ ਦਾ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਸਟੱਫ ਵਧੀਆ ਚੱਲਣਾ ਵੀ ਚੱਲੂਗਾ ਅੱਗੇ, ਤਾਂ ਕਰਕੇ ਉਹ ਨਹੀਂ ਲੈ ਕੇ ਆਉਂਦੇ। ਅਤੇ ਬਾਕੀ ਜਿਹੜੇ ਸੂਟ ਆਪਾਂ ਔਨ ਡਿਮਾਂਡ ਹੀ ਰੈਡੀ ਕਰੀ ਜਾਂਦੇ ਹਾਂ, ਕਹਿਣ ਦਾ ਭਾਵ ਵੀ ਜਿਨ੍ਹਾਂ ਨੇ ਮੈਰਿਜ ਪਾਰਟੀ ਲਈ ਜਾਗੋ ਲਈ ਕਿਸੇ ਲਈ ਵੀ ਸੂਟ ਰੈਡੀ ਕਰਾਉਣੇ, ਤੁਸੀਂ ਅਜੇ ਫੋਟੋ ਸੈਂਡ ਕਰ ਸਕਦੇ ਹੋ, ਆਪਾਂ ਸੇਮ ਸੂਟ ਰੈਡੀ ਕਰ ਦਾਂਗੇ। ਅਤੇ ਮੈਂ ਸੂਟ ਹੁਣ ਜਿਹੜੇ ਲੈ ਕੇ ਆਉਣੇ ਹੁੰਦੀ ਆ, ਮਤਲਬ ਕਾਫੀ ਇਕੱਠੇ ਸੂਟ, ਉਹ ਆਪਾਂ ਨੈਕਸਟ ਮੰਥ ਲੈ ਕੇ ਆਵਾਂਗੇ। ਇਸ ਮੰਥ ਬਸ ਮੈਂ ਔਨ ਆਰਡਰ ਹੀ ਜਿਹੜੇ ਸੂਟ ਆ ਉਹ ਰੈਡੀ ਕਰਨੇ ਆ,
ਬਾਕੀ ਤੁਸੀਂ ਔਨ ਆਰਡਰ ਵੀ ਆਪਣੇ ਰੈਡੀ ਕਰਵਾ ਸਕਦੇ ਹੋ, ਚਾਹੇ ਤੁਸੀਂ ਜਾਗੋ ਆਊਟਫਿਟਸ ਕਰਾਉਣੇ, ਚਾਹੇ ਵਿਆਹ ਵਾਲੇ ਸੂਟ ਕਰਾਉਣੇ, ਚਾਹੇ ਤੁਸੀਂ ਰਿਸੈਪਸ਼ਨ ਵਾਲੇ ਕਰਾਉਣੇ, ਜਿੱਦਾਂ ਮਰਜ਼ੀ ਕਰਵਾਉਣੇ, ਤੁਸੀਂ DM ਕਰ ਸਕਦੇ ਹੋ ਮੈਨੂੰ। ਮੇਰਾ ਕੰਟੈਕਟ ਨੰਬਰ ਹੈਗਾ 9478-32-3814 'ਤੇ ਤੁਸੀਂ ਸਕਰੀਨਸ਼ੋਟ ਸੈਂਡ ਕਰ ਸਕਦੇ ਹੋ ਵੀ ਜਿਹੜਾ ਤੁਸੀਂ ਆਪਣਾ ਸੂਟ ਰੈਡੀ ਕਰਵਾਉਣਾ, ਅਤੇ ਉੱਥੇ ਮੈਂ ਤੁਹਾਨੂੰ ਸਾਰੀਆਂ ਜਿਹੜੀਆਂ ਡਿਟੇਲਸ ਆ ਉਹ ਦੇ ਦੂੰਗੀ। ਹੋਪਫੁਲੀ ਤੁਹਾਨੂੰ ਜਿਹੜਾ ਅੱਜ ਦਾ ਵਲੋਗ ਵਧੀਆ ਲੱਗਿਆ ਹੋਊ। ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਪਹਿਲੇ ਕਰ ਲਓ ਪ੍ਰੈਸ। ਚਲ ਜਾਣ, ਬਾਏ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ।